ਅਜੀਤ ਵੈਬ ਟੀਵੀ ਦੇ ਦੇਸ਼ ਵਿਦੇਸ਼ ਵਿੱਚ ਵੱਸਦੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਪਿਆਰੇ ਦਰਸ਼ਕੋ ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਅਜੀਤ ਵੈਬ ਟੀਵੀ ਵਨੋਂ ਸਮੇਂ-ਸਮੇਂ ਤੋਂ ਆਡੇ ਨਾਲ ਅਹਿਮ ਸ਼ਖਸੀਅਤਾਂ ਦੀ ਮੁਲਾਕਾਤ ਕਰਵਾਉਂਦੇ ਹਾਂ ਔਰ ਇਸ ਸੰਦਰਭ ਵਿੱਚ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਸਰਦਾਰ ਤਰਲੋਚਨ ਸਿੰਘ ਜੀ ਸਰਦਾਰ ਤਰਲੋਚਨ ਸਿੰਘ ਕਿਸੇ ਜਾਣਕਾਰੀ ਦੇ ਮਤਾਜ਼ ਨਹੀਂ ਉਹ 6 ਸਾਲ ਤੱਕ ਭਾਰਤ ਦੇ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਆ ਰਾਜ ਸਭਾ ਦੇ ਮੈਂਬਰ ਰਹੇ ਆ ਕੇਂਦਰ ਸਰਕਾਰ ਦੇ ਸੈਰਸਪਟਾ ਵਿਭਾਗ ਵਿੱਚ ਰਹੇ ਆ ਇਸ ਤੋਂ ਇਲਾਵਾ ਉਹ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਕੌਮੀ ਕਮੰਤਰੀ ਪਦਰ ਤੇ ਸੰਸਥਾਵਾਂ ਨਾਲ ਜੁੜੇ ਰਹੇ ਆ ਖੇਡਾਂ ਦੇ ਸੰਗਠਨਾਂ ਨਾਲ ਜੁੜੇ ਰਹੇ ਆ ਪੰਜਾਬ ਦੀ ਔਰ ਸਮੁੱਚੇ ਤੌਰ ਤੇ ਦੇਸ਼ ਦੀ ਰਾਜਨੀਤੀ ਨੂੰ ਉਹ ਦੇਸ਼ ਦੀ ਵੰਡ ਤੋਂ ਬਾਅਦ ਲਗਾਤਾਰ ਵੇਖਦੇ ਰਹੇ ਆ ਔਰ ਪਰਦੇ ਦੇ ਪਿੱਛੇ ਰਹਿ ਕੇ ਵੀ ਦੇਸ਼ ਤੇ ਸਮਾਜ ਲਈ ਪੰਜਾਬ ਲਈ ਮਹੱਤਵਪੂਰਨ ਰੋਲ ਸਮੇਂ-ਸਮੇਂ ਅਦਾ ਕਰਦੇ ਰਹੇ ਆ ਉਹਨਾਂ ਨਾਲ ਅੱਜ ਅਸੀਂ ਇਹ ਦੇਸ਼ ਦੀ ਰਾਜਨੀਤੀ ਬਾਰੇ ਵਿਚਾਰ ਚਰਚਾ ਕਰਾਂਗੇ ਕਿਉਂਕਿ ਸੁਣਵੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਇਸ ਸੰਦਰਭ ਚ ਉਹਨਾਂ ਤੋਂ ਮਹੱਤਵਪੂਰਨ ਸਵਾਲ ਪੁੱਛਾਂਗੇ ਸਦਾ ਤਰੋਜਨ ਸਿੰਘ ਜੀ ਤੁਹਾਡਾ ਅਜੀਤ ਵੈਬ ਟੀਵੀ ਦੇ ਸਟੂਡੀਓ ਵਿੱਚ ਅਸੀਂ ਬਹੁਤ ਸਵਾਗਤ ਕਰਦੇ ਹਾਂ ਬਹੁਤ ਧੰਨਵਾਦ ਜੀ ਤੁਹਾਡਾ ਅਜੀਤ ਅਬ ਟੀਵੀ ਦਾ ਬੜੀ ਪਪੂਲਾਰਿਟੀ ਬੜੀ ਛੇਤੀ ਜਿਵੇਂ ਅਜੀਤ ਅਖਬਾਰ ਆਪ ਹੈ ਉਹਦੇ ਨਾਲ ਇਹ ਵੀ ਜੁੜੀ ਹੈ ਔਰ ਹਰ ਤਾਂ ਜਿਹੜੀ ਮੈਂ ਯਾਦ ਹੈ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਮਿਊਨੀਕੇਸ਼ਨ ਦੀ ਬੜੀ ਘਾਟ ਹੈ ਪੰਜਾਬੀ ਡਾਇਸਪੋਰਾ ਵਰਲਡਵਾਈਡ ਹੈ ਉਹਨੂੰ ਕਮਿਊਨੀਕੇਸ਼ਨ ਦੀ ਲੋੜ ਹੈ ਇਸੇ ਸਭ ਤੋਂ ਵੱਡਾ ਰੋਲ ਤੁਹਾਡਾ ਹੈ ਸ਼ੁਕਰੀਆ ਜੀ ਸਦਾ ਤੁਲੋਜਨ ਸਿੰਘ ਜੀ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਨਾ ਕਿ 1952 ਚ ਪਹਿਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਆਂ ਔਰ ਅੱਜ ਦੇਸ਼ ਵਿੱਚ 16ਵੀਂ ਲੋਕ ਸਭਾ ਚੋਣਾਂ ਹੋਣ ਦਾ ਅਮਲ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਇਹ ਦੇਸ਼ ਦੀ ਰਾਜਨੀਤੀ ਨੂੰ ਤੁਸੀਂ ਬੜੇ ਸ਼ਿੱਦਤ ਨਾਲ ਬੜੇ ਨੇੜੇ ਤੋਂ ਵੇਖਦੇ ਆ ਰਹੇ ਹੋ ਕੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਅਸੀਂ ਅਪਣਾਇਆ ਸੀ 26 ਜਨਵਰੀ 1950 ਨੂੰ ਉਹ ਸਫਲ ਰਿਹਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਤਰੁੱਟੀਆਂ ਜਾਏ ਜੋ ਆਸਾਂ ਲੋਕਾਂ ਨੂੰ ਸੀਗੀਆਂ ਇਹ ਉਹਨਾਂ ਤੇ ਪੂਰਾ ਨਹੀਂ ਉਤਰ ਸਕਿਆ ਡੈਮੋਕ੍ਰੈਟਿਕ ਸਿਸਟਮ ਤੇ ਸਫਲ ਰਿਹਾ ਹਾਂਜੀ ਔਰ ਇੰਡੀਆ ਮੇਰੇ ਖਿਆਲ ਚ ਇੱਕ ਆਈਲੈਂਡ ਹੈ ਇਨ ਹੋਲ ਆਫ ਏਸ਼ੀਆ ਜਿਹੜਾ ਡੈਮੋਕ੍ਰੇਸੀ ਨੂੰ ਬਿਲੀਵ ਨਹੀਂ ਕਰਦਾ ਬਿਲੀਵ ਕਰਕੇ ਇਸ ਨੂੰ ਅਪਣਾ ਰਿਹਾ ਹੈ ਵੇਰ ਆਲ ਰਾਊਂਡ ਸਰਾਊਂਡਿੰਗ ਸਾਡੀਆਂ ਡੈਮੋਕ੍ਰੇਸੀ ਘਟ ਰਹੀ ਹੈ ਕਿਧਰੇ ਡਿਕਟੇਟਰਸ਼ਿਪ ਕਿਧਰੇ ਆਰਮੀ ਕਿਧਰੇ ਹੋਰ ਗੱਲਾਂ ਉਸ ਕਲ ਟ ਇੰਡੀਆ ਕਾਮਯਾਬ ਹੈ ਲੇਕਿਨ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਕਿ ਜਿਹੜਾ ਮਿਆਰ ਹੈ ਹਾਂਜੀ ਪਾਰਲੀਮੈਂਟਰੀ ਸਿਸਟਮ ਦਾ ਉਹ ਬਜਾਏ ਉੱਪਰ ਜਾਣ ਦੀ ਉਹ ਘਟ ਰਿਹਾ ਹੈ ਹਾਂਜੀ ਔਰ ਲੋਕਾਂ ਦਾ ਥੋੜਾ ਥੋੜਾ ਪਾਰਲੀਮੈਂਟ ਦੀ ਵਰਕਿੰਗ ਤੇ ਜੋ ਪਾਰਲੀਮੈਂਟ ਚੋਂ ਕੋਈ ਟੀਵੀ ਡੇਲੀ ਆਉਂਦਾ ਉੱਥੇ ਲੋਕ ਬੜੇ ਨਾਰਾਜ਼ ਹੈ ਕਿ ਇਹ ਐਮਪੀਜ਼ ਕਰਦੇ ਕੀ ਸੋ ਉੱਥੇ ਅਸੀਂ ਕੱਟ ਰਹੇ ਹਾਂ ਹਾਂਜੀ ਉਹਦੇ ਚ ਇੱਕ ਹੋਰ ਵੀ ਸਦਾ ਤੁਲਜਨ ਸਿੰਘ ਜੀ ਦੀ ਗੱਲ ਅਕਸਰ ਉੱਠਦੀ ਆ ਬਹੁਤ ਸਾਰੇ ਪੱਤਰਕਾਰੀ ਹਲਕਿਆਂ ਵਿੱਚ ਇਹ ਇਹ ਚਰਚਾ ਹੁੰਦੀ ਰਹਿੰਦੀ ਹੈ ਤੇ ਟੈਲੀਵਿਜ਼ਨ ਚੈਨਲਾਂ ਤੇ ਵੀ ਤੇ ਅਖਬਾਰਾਂ ਵਿੱਚ ਵੀ ਕਿ ਸਾਡਾ ਦੇਸ਼ ਤਾਂ ਜਮਹੂਰੀ ਹੈ ਦੇਸ਼ ਦੀ ਜਿਹੜੀ ਰਾਜਨੀਤਿਕ ਵਿਵਸਥਾ ਜਮਹੂਰੀ ਹੈ ਪਰ ਸਾਡੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਗੈਰ ਜਮਹੂਰੀ ਹੈ ਉਨ੍ਹਾਂ ਦੇ ਅੰਦਰ ਟਿਕਟਾਂ ਦੀ ਵੰਡ ਕਿਸ ਤਰ੍ਹਾਂ ਹੋਵੇ ਜਾਂ ਉਹ ਆਪਣੇ ਫੰਡ ਕਿਵੇਂ ਇਕੱਠੇ ਕਰਨ ਜਾਂ ਉਹ ਉਹਨਾਂ ਦੀਆਂ ਜਥੇਵੰਦਕ ਚੋਣਾਂ ਕਿਵੇਂ ਹੋਣ ਇਹਦੇ ਬਾਰੇ ਕੋਈ ਸਪਸ਼ਟ ਕਰਦੇ ਕਾਨੂੰਨ ਨਹੀਂ ਹੈਗੇ ਔਰ ਦੇ ਦੁਨੀਆ ਦੇ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਉਹਨਾਂ ਉੱਥੋਂ ਦੇ ਸੰਵਿਧਾਨਾਂ 'ਚ ਇਹ ਵਿਵਸਥਾ ਕੀਤੀ ਗਈ ਹੁੰਦੀ ਹੈ ਕਿ ਰਾਜਨੀਤਿਕ ਪਾਰਟੀਆਂ ਆਪਣਾ ਕੰਮ ਕਰ ਕਿਵੇਂ ਕਰਨਗੀਆਂ ਇਹਨਾਂ ਸਾਰੇ ਮੁੱਦਿਆਂ ਦੀ ਰੋਸ਼ਨੀ 'ਚ ਪਰ ਕੀ ਤੁਸੀਂ ਨਹੀਂ ਮਹਿਸੂਸ ਕਰਦੇ ਕਿ ਦੇ ਭਾਰਤ ਦੇ ਸੰਵਿਧਾਨ ਵਿੱਚ ਵੀ ਇੱਕ ਅਜਿਹਾ ਰਾਜਨੀਤਿਕ ਪਾਰਟੀਆਂ ਬਾਰੇ ਐਕਟ ਹੋਣਾ ਚਾਹੀਦਾ ਜਿਹਦੇ ਵਿੱਚ ਰਾਜਨੀਤਿਕ ਪਾਰਟੀਆਂ ਕੀ ਕਰ ਸਕਦੀਆਂ ਕੀ ਨਹੀਂ ਕਰ ਸਕਦੀਆਂ ਇਹਦੇ ਬਾਰੇ ਸਪਸ਼ਟ ਰੂਪਰੇਖਾ ਹੋਵੇ ਦੇਖੋ ਸਾਡੀ ਦੀ ਸਭ ਤੋਂ ਵੱਡੀ ਘਾਟ ਹੈ ਉਹ ਤੁਸੀਂ ਠੀਕ ਨਬਜ਼ ਪਕੜੀ ਹੈ ਕਿ ਸਾਡੀਆਂ ਚਾਹੇ ਰੀਜਨਲ ਪਾਰਟੀਆਂ ਜਾਂ ਨੈਸ਼ਨਲ ਹੈ ਉੱਥੇ ਡਿਕਟੇਟਰਸ਼ਿਪ ਦੀ ਨਾ ਕਹਿੰਦੇ ਹੋ ਇਹ ਵੀ ਲਾਗੂ ਹੈ ਹਾਂਜੀ ਉਹ ਜਿਹੜਾ ਲੀਡਰ ਹੁੰਦਾ ਉਹ ਡਿਕਟਰ ਹੀ ਹੁੰਦਾ ਹਾਂਜੀ ਉਹਨੂੰ ਕੰਸਲਟੈਂਸੀ ਨਹੀਂ ਕਰਦਾ ਨਾ ਉਹਦੇ ਕੋਈ ਕਿਸੇ ਹੋਰ ਦੀ ਸੁਣਦਾ ਚਾਹ ਟਿਕਟ ਬਣਣੇ ਚਾਹ ਵਜ਼ੀਰੀਆਂ ਬਣਣੀਆਂ ਚਾਹ ਕੋਈ ਹੋਰ ਕੰਮ ਉੱਥੇ ਇਹ ਸਾਨੂੰ ਵਿਖਿਆ ਗਿਆ ਕਿ ਅਸੀਂ ਡੈਮੋਕ੍ਰੈਟਿਕ ਸਿਸਟਮ ਉੱਤੇ ਬਿਲੀਵ ਨਹੀਂ ਕਰਦੇ ਹਾਂਜੀ ਉਸ ਤੋਂ ਇਲਾਵਾ ਜਿਹੜੀ ਵੇ ਆਫ ਸਿਲੈਕਸ਼ਨ ਆਫ ਕੈਂਡੀਡੇਟ ਹੈ ਹਾਂਜੀ ਜਿਵੇਂ ਅਮਰੀਕਾ 'ਚ ਵੀ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਕਾਉਂਟੀਜ਼ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਵੋਟਾਂ ਹੁੰਦੀਆਂ ਇੱਕ ਇੱਕ ਬੰਦਾ ਚੁਣ ਕੇ ਉੱਪਰ ਆਉਂਦਾ ਹਾਂਜੀ ਮੇਰੇ ਲੱਗਦਾ ਸਾਡੇ ਉਹ ਸਿਸਟਮ ਹੈ ਨਹੀਂ ਕਿ ਲੋਕ ਲੋਕਲ ਬੰਦਿਆਂ ਨੂੰ ਪੁੱਛਿਆ ਜਾਵੇ ভোটার ਨੂੰ ਪਤਾ ਹੋਵੇ ਉਹ ਗੱਲ ਨਹੀਂ ਹੈ ਜਿਹੜਾ ਤੁਸੀਂ ਕਿਹਾ ਕਾਨੂੰਨ ਬਣਾਉਣ ਦਾ ਹਾਂਜੀ ਸਾਡੇ ਇੱਕ ਬੜਾ ਅੱਛਾ ਹੈ ਕਿ ਸੁਪਰੀਮ ਕੋਰਟ ਸਾਡੀ ਇਸ ਗੱਲ 'ਚ ਬੜੀ ਐਕਟਿਵ ਰਹੀ ਹਾਂਜੀ ਕਮ ਸਕਮ ਉਹਨਾਂ ਨੇ ਜਿਹੜੇ ਦਾਗੀ ਜਿਹਨੂੰ ਆਪਾਂ ਕਹਿੰਦੇ ਆ ਟੈਂਟਡ ਉਹਨੂੰ ਕੱਢਣ 'ਚ ਬੜਾ ਵੱਡਾ ਰੋਲ ਆ ਹਾਂਜੀ ਵਰਨਾ ਸਾਡੇ ਤੇ ਬਹੁਬੱਲੀ ਜਣੇ ਆ ਉਹਨਾਂ ਦਾ ਹੀ ਬੜਾ ਕਬਜ਼ਾ ਸੀ ਠੀਕ ਹੈ ਜੀ ਜੇਲ ਬੈਠਾ ਵੀ ਐਮਪੀ ਬਣ ਜਾਂਦਾ ਸੋ ਚਾਹ ਮਰਡਰ ਕੇਸ ਤੇ ਤਾਂ ਵੀ ਐਮਪੀ ਆ ਹਾਂਜੀ ਸੋ ਇੱਕ ਤਾਂ ਉਹ ਨਾ ਬਾਰੇ ਜਿਹੜੇ ਕਾਨੂੰਨ ਆ ਰਹੇ ਆ ਉਹਦੇ ਚ ਮੈਨੂੰ ਲੱਗਦਾ ਬੜਾ ਸੁਧਾਰ ਹੈ ਹਾਂਜੀ ਸ਼ਾਇਦ ਉਹ ਦੋ ਤਿੰਨ ਕਾਨੂੰਨ ਹੋਰ ਵੀ ਆਣ ਹਾਂਜੀ ਲੇਕਿਨ ਜਿਹੜੀ ਇੱਕ ਅਸਲ ਬਿਮਾਰੀ ਸਤਿਮਾਨਕ ਜੀ ਉਹ ਦੇਸ਼ ਚੋਂ ਦੂਰ ਨਹੀਂ ਹੋਈ ਹਾਂਜੀ ਉਹ ਇਹ ਹੈ ਕਿ ਅਸੀਂ ਪਿਛਲੇ ਹੁਣ ਦੋ ਤਿੰਨ ਟਰਮਾਂ ਤੋਂ ਕੋਲੀਸ਼ਨ ਸਿਸਟਮ ਵੱਲ ਜਾ ਰਹੇ ਹਾਂ ਠੀਕ ਹੈ ਜੀ ਹੁਣ ਉਹ ਕੋਲੀਸ਼ਨ ਸਿਸਟਮ ਇਸ ਕਰਕੇ ਹੈ ਜੋ ਮੈਂ ਸਮਝਦਾ ਕਿ ਇੱਕ ਵੱਡੀ ਪਾਰਟੀ ਨੂੰ ਇੱਕ ਲੋਕ ਚੁਣਦੇ ਨਹੀਂ ਲੇਕਿਨ ਕਿਉਂਕਿ ਰਿਜਨਲ ਪਾਰਟੀਆਂ ਇਸ ਵੇਲੇ 10 ਤੋਂ ਵੱਧ ਹੈ 15 ਠੀਕ ਹੈ ਉਹ ਆਪਣੀ ਸੀਟਾਂ ਚ ਚੁਣ ਕੇ ਆ ਜਾਂਦੀਆਂ ਹਾਂ ਹਾਂਜੀ ਅੱਛਾ ਉਹਨਾਂ ਦਾ ਵੀਊ ਪੁਆਇੰਟ ਨੈਸ਼ਨਲ ਟਕਰੋਂਦਾ ਹਾਂਜੀ ਇਹਦਾ ਹੱਦ ਤੱਕ ਕੋਈ ਰਸਤਾ ਨਹੀਂ ਲੱਗ ਰਿਹਾ ਕਿ ਕੀ ਸਾਡਾ ਸਿਸਟਮ ਹੋਵੇ ਕਿ ਜਿਹੜੀ ਨੈਸ਼ਨਲ ਲੈਵਲ ਦੀ ਵੋਟ ਤੇ ਸਟੇਟ ਲੈਵਲ ਦੀ ਵੋਟ ਕੀ ਇਹਦੇ ਵਿੱਚ ਕੋਈ ਪ੍ਰੀਫਰੈਂਸ ਹੋ ਸਕਦੀ ਹੈ ਹਾਂਜੀ ਕਿ ਇਹਦੇ ਵਿੱਚ ਵੀ ਕੋਈ ਰਾਏ ਹੋ ਸਕਦੀ ਹੈ ਕਿ ਅਰੀਜਨਲ ਪਾਰਟੀਆਂ ਨੂੰ ਰਾਜ ਸਭਾ 'ਚ ਮਿਲੇ ਡਾਇਰੈਕਟ ਪੋਲੀਟੀਕਲ ਪਾਰਟੀਆਂ ਨੈਸ਼ਨਲ ਲੈਵਲ ਤੇ ਲੋਕ ਸਭਾ ਚੋਂ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਵਰਗੂ टू पार्टी या थ्री पार्टी सिस्टम ਚ ਆ ਜਾਈਏ ਇਸ ਕਰਕੇ ਇੱਕ ਬੜਾ ਵੱਡਾ ਧੇਰ ਲੱਗੇਗੀ ਤੁਹਾਨੂੰ ਇਹ ਦੇਖਣ ਨੂੰ ਕਿ ਸਾਡਾ ਕੋਲੀਸ਼ਨ ਵਰਕਿੰਗ ਫੇਲ ਹੋ ਰਿਹਾ ਜਿਹੜੀ ਕ腐ਸ਼ਨ ਹੈ ਉਹਦੇ ਕਰਕੇ ਹੋ ਰਹੀ ਹੈ ਸੋ ਉਹਨੂੰ ਅਪਰੂਵ ਕਰਨ ਲਈ ਇਹ ਕਦੋਂ ਹੋਏਗਾ ਕਿ ਲੋਕ ਕਿਸੇ ਇੱਕ ਪਾਰਟੀ ਨੂੰ ਐਸਾ ਬੋਮਾ ਦੇਣ ਕਿ ਉਹ ਪੰਜ ਸਾਲ ਕਰ ਸਕੇ ਠੀਕ ਹੈ ਇਹਦੇ ਚ ਸਦਾਜੀ ਕੀ ਤੁਸੀਂ ਇਦਾਂ ਨਹੀਂ ਮਹਿਸੂਸ ਕਰਦੇ ਕਿ ਦੇਸ਼ ਦੇ ਅੰਦਰ ਹੁਣ ਜਿੱਦਾਂ ਦਾ ਕੋਲੀਸ਼ਨ ਸਰਕਾਰਾਂ ਦਾ ਜਿਹੜਾ ਸਮਾਂ ਆ ਗਿਆ ਔਰ ਅੱਗੇ ਵੀ ਆਸ ਨਹੀਂ ਕੋਈ ਇਹਦੇ ਵਿੱਚ ਕੋਈ ਤਬਦੀਲੀ ਆਏਗੀ ਕਿ ਸਾਨੂੰ ਅਮਰੀਕਾ ਵਰਗੇ ਜਿਹੜਾ ਪ੍ਰਧਾਨਗੀ ਤਰਜ ਦੀ ਸਰਕਾਰ ਹੈ ਉਸ ਤਰ੍ਹਾਂ ਦਾ ਕੋਈ ਰਾਜਨੀਤਿਕ ਪ੍ਰਣਾਲੀ ਪਨਾਉਣ ਦੀ ਤਾਂ ਨਹੀਂ ਲੋੜ ਹੈ ਬਹਿਸ ਸ਼ੁਰੂ ਹੋ ਚੁੱਕੀ ਹੈ ਹਾਂਜੀ ਕਈ ਲੀਡਰ ਬਿਆਨ ਵੀ ਦੇ ਚੁੱਕੇ ਆ ਠੀਕ ਹੈ ਜੀ ਕਿ ਅਸੀਂ ਜੇ ਇਸ ਤਰ੍ਹਾਂ ਕਮ ਸਕਮ ਅਮਰੀਕਾ ਵਰਗਾ ਨਾ ਹੋਵੇ ਲੇਕਿਨ ਕਮ ਸੇ ਕਮ ਇਹ ਹੋ ਸਕੇ ਕਿ ਜਿਹਨੂੰ ਪ੍ਰਧਾਨ ਮੰਤਰੀ ਚੁਣੀਏ ਉਹਨੂੰ ਕੋ ਮਿਨੀਮਮ ਕਮ ਕਮ 2-3 ਸਾਲ ਹੀ ਹੋ ਜਾਏ ਕਿ ਨੋ ਕਾਨਫਰੈਂਸ ਨਹੀਂ ਆ ਸਕੇਗਾ ਜੀ ਜੀ 5 ਸਾਲ ਨਹੀਂ ਐਟ ਲੀਸਟ ਕਿ ਉਹਦੇ ਟਰਮ ਜੇ ਇੱਕ ਵਾਰੀ ਸਿਰਫ ਨੋ ਕਾਨਫਰੈਂਸ ਹੋ ਸਕੇ ਤਾਂ ਕਿ ਜਿਹੜਾ ਪ੍ਰਧਾਨ ਮੰਤਰੀ ਹੈ ਚਾਹੇ ਉਹ ਕਿਵੇਂ ਆਵੇ ਉਹਨੂੰ ਕੋਈ ਪਾਵਰ ਤੇ ਹੋਵੇ ਕਿ ਉਹ ਫੀਅਰਲੈਸਲੀ ਵੀ ਕਿ ਮੈਨੂੰ ਮੈਂ ਦੇਸ਼ ਦੇ ਅੰਦਰ ਰਾਜਨੀਤਿਕ ਸਥਿਰਤਾ ਆ ਸਕੇ ਇਹ ਇੱਕ ਐਸੀ ਚਰਚਾ ਅਗਰ ਕੁ ਸ਼ੁਰੂ ਹੋ ਜਾਏ ਇਹ ਦੇਸ਼ ਦੇ ਲਈ ਲਾਇਵਾਦ ਹੋਏਗੀ ਠੀਕ ਹੈ ਜੀ ਉਹਦੇ ਚ ਸਦਾ ਜੀ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਕਿ ਇਹ ਸਵੇਲੇ ਸਾਰਾ ਰਾਜਨੀਤਿਕ ਪਾਰਟੀਆਂ ਜਿਹੜੀਆਂ ਚੋਣਾਂ ਦੇ ਟਿਕਟਾਂ ਵੰਡ ਰਹੀਆਂ ਚੋਣ ਪ੍ਰਚਾਰ ਹੋ ਰਿਹਾ ਤੇ ਵੱਡੀ ਪੱਧਰ ਤੇ ਰਾਜਨੀਤਿਕ ਪਾਰਟੀਆਂ ਚ ਟੁੱਟਪਾਜ ਹੋ ਰਹੀ ਹੈ ਉਹਦੇ ਚ ਕੀ ਕਾਰਨ ਇਹ ਇਹਦਾ ਇਹੀ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ 'ਚ ਕੋ ਟਿਕਟਾਂ ਵੰਡਣ ਦਾ ਪਰਦੇਸੀ ਢੰਗ ਤਰੀਕਾ ਨਹੀਂ ਹੈ ਜਾਂ ਕੋਈ ਹੋਰ ਕਾਰਨ ਹੈ ਕਿ ਜਿਹਦੇ ਕਰਕੇ ਇਹ ਵੱਡੀ ਪੱਧਰ ਤੇ ਰਾਜਨੀਤਿਕ ਪਾਰਟੀਆਂ 'ਚ ਟੁੱਟ ਪਾਜ ਹੋ ਰਹੀ ਆ ਲੋਕ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ ਉਹ ਦੂਜੀਆਂ ਪਾਰਟੀਆਂ 'ਚ ਜਾ ਰਹੇ ਆ ਦੂਜੀਆਂ ਪਾਰਟੀਆਂ ਜੋ ਪਹਿਲੀਆਂ ਪਾਰਟੀਆਂ 'ਚ ਆ ਰਹੇ ਆ ਇਸ ਤਰ੍ਹਾਂ ਦਾ ਸਿਲਸਿਲਾ ਇਹ ਕਿਉਂ ਚੱਲ ਰਿਹਾ ਹੈ ਇਹ ਬੜਾ ਅੱਛਾ ਤੁਹਾਡਾ ਇਹ ਵੀ ਬੜਾ ਅੱਛਾ ਪੁਆਇੰਟ ਹੈ ਸਾਡੇ ਇੰਡੀਆ 'ਚ ਦਲ ਬਦਲੂ ਕਾਨੂੰਨ ਲਾਗੂ ਹੈ ਹਾਂਜੀ ਹਾਂਜੀ ਵਾਂਸ ਯੂ ਆਰ ਇਲੈਕਟਿਡ ਯੂ ਕੈਨਟ ਡਿਫੈਕਟ ਠੀਕ ਹੈ ਜੀ ਜੇ ਇਸ ਗੱਲ ਤੇ ਕੋਈ ਇਲੈਕਸ਼ਨ ਕਮਿਸ਼ਨ ਗੱਲ ਲਿਆਵੇ ਹਾਂਜੀ ਕਿ ਜਿਹੜਾ ਡਿਫੈਕਸ਼ਨ ਹੋਣ ਹੋ ਰਹੀ ਹੈ ਇਹਦੀ 6 ਮਹੀਨੇ ਲਿਮਟ ਲਾ ਦੇਵੇ ਪੀ ਉਹ 6 ਮਹੀਨੇ ਤੱਕ ਚੋਣ ਨਹੀਂ 6 ਮਹੀਨੇ ਤੋਂ ਪਹਿਲਾਂ ਚੋਣ ਨਹੀਂ ਲੜ ਸਕਦਾ 6 ਮਹੀਨੇ ਤੋਂ ਪਹਿਲਾਂ ਜੇ ਡਿਫੈਕਟ ਕੋ ਕਰਕੇ ਕਰ ਗਿਆ 6 ਮਹੀਨੇ ਨਹੀਂ ਕਰ ਸਕਦਾ ਠੀਕ ਹੈ ਜੀ ਇਸ ਨਾਲ ਬਹੁਤ بڑا ਫਰਕ ਚੋਣਾਂ ਤੋਂ 6 ਮਹੀਨੇ ਪਹਿਲਾਂ ਪਹਿਲਾਂ ਤੱਕ ਜਿੰਨੇ ਕਰਨਾ ਕਰ ਲੋ ਹਾਂਜੀ 6 ਮਹੀਨੇ ਦੀ ਮਿਆਦ ਤੋਂ ਜਦੋਂ ਆ ਜਾਏਗੀ ਫਿਰ ਯੂ ਕਾਂਟ ਇਹਦਾ ਹੁਣ ਬਿਕਾਊ ਮਾਲ ਹੈ ਨਾ ਇੱਕ ਮਿਸਾਲ ਹੈ ਕਿ ਇੱਕ ਬੰਦੇ ਨੂੰ ਟਿਕਟ ਮਿਲਿਆ ਕਾਂਗਰਸ ਦਾ Madhya Pradesh ਤੇ ਨੈਕਸਟ ਡੇ ਉਹਨੇ BJP ਜੁਆਇਨ ਕਰ ਲਈ ਟਿਕਟ ਲੈ ਕੇ ਵੀ ਹਾਂਜੀ ਮੇਰਾ ਮਤਲਬ ਹੈ ਕਿ ਗੱਲ ਤੁਸੀਂ ਇਹਦਾ ਕੋਈ ਐਸਾ ਸਿਸਟਮ ਬਣੇ ਹਾਂਜੀ ਕਿ ਇਹਦੀ ਲਿਮਟ ਪਹਿਲਾਂ ਹੀ ਲੱਗ ਜਾਏ ਬਸ ਇਹਨੂੰ ਲੋੜ ਹੈ ਦੇਸ਼ ਵੇਲੇ ਤਾਂ ਕਿ ਬਿਕਾਊ ਮਾਲ ਇਹ ਪਾਰਟੀ ਪ੍ਰਬੰਧ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਚੋਣਾਂ ਜਿਹੜੀਆਂ ਪਾਰਦਰਸ਼ੀ ਢੰਗ ਨਾਲ ਚਲਾ ਕਰਨ ਲਈ ਕਰਵਾਉਣ ਲਈ ਦੇਸ਼ ਦੇ ਅੰਦਰ ਰਾਜਨੀਤਿਕ ਸਥਿਰਤਾ ਲਿਆਉਣ ਲਈ ਲੋੜ ਹੈਗੀ ਆ ਕੋਈ ਜੋਨ ਸੁਧਾਰ ਹੋਣ ਤੇ ਰਾਜਨੀਤਿਕ ਸੁਧਾਰ ਨਹੀਂ ਇਹ ਇਕੱਲਾ ਸੁਧਾਰ ਕਰਨ ਵਾਲੀ ਜਿਹੜਾ ਹੁਣ oportunity ਮਾਰ ਰਿਹਾ ਹੈ ਕਿ ਵਰਕਰ ਵਿਚਾਰੇ ਰੋਂਦੇ ਰਹਿੰਦੇ ਆ ਜਿਹੜੇ 5 ਸਾਲ ਕੰਮ ਕਰਦੇ ਆ ਪਰਲਾ ਬੰਦਾ ਦੂਜੀ ਪਾਰਟੀ ਦੇ ਅੱਗੇ ਉੱਪਰ ਬੈਠ ਗਿਆ ਹਾਂਜੀ ਹੁਣ ਸਾਡੇ ਰਾਣੇ ਤੇ 5-6 ਸੀਟਾਂ ਐਸੀਆਂ ਹੋਈਆਂ ਕਿ ਉਹ ਦੂਜੀ ਪਾਰਟੀ ਦੇ ਅੱਗੇ ਕੈਂਡੀਡੇਟ ਬਣ ਕੇ ਪਾਰਟੀ ਵਾਲੇ ਬੈਠੇ ਰਹੇ ਹਾਂਜੀ ਤੇ ਇਸ ਕਰਕੇ ਇਹਦਾ ਕੋਈ ਇਕ ਇਲੈਕਸ਼ਨ ਕਮਿਸ਼ਨ ਡੇਟ ਫਿਕਸ ਕਰੇ ਠੀਕ ਹੈ ਜੀ ਐਸ ਸਰਦਾਰ ਜੀ ਇਹ ਦੱਸਣ ਦੀ ਖੇਚਲ ਕਰਨਾ ਕਿ ਐਸ ਵੇਲੇ ਤੁਸੀਂ ਪਿਛਲੇ 10 ਸਾਲ ਤੋਂ ਕਾਂਗਰਸ ਦੀ ਗਵਾਈ ਵਾਲਾ ਸੰਜਾ ਪ੍ਰਗਤੀਸ਼ੀਲ ਗੱਠਜੋੜ ਦੇ ਇਸ ਦੇ ਵਿੱਚ ਸਤਾ ਚਲਾਉਂਦਾ ਆ ਰਿਹਾ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਸਕੰਡਲ ਦੇ ਦਰਮਿਆਨ ਸਾਹਮਣੇ ਆਇਆ ਮਹਿੰਗਾਈ ਜਿਹੜੀ ਆ ਉਹ ਰੁਕ ਨਹੀਂ ਸਕੀ ਇਥੋਂ ਤੱਕ ਕਿ ਪਿਆਜ਼ ਵੀ ਇੱਥੇ ਇਸ ਦੇ ਚ 100 ਰੁਪਏ ਕਿਲੋ ਵਿਕ ਗਿਆ ਤੇ ਲੋਕਾਂ ਦੀ ਰੋਟੀ ਰੋਜ਼ੀ ਦੇ ਮਸਲੇ ਬਣੇ ਰਹਿੰਦੇ ਆ ਕਿਸਾਨ 2.5 ਲੱਖ ਦੇ ਲਗਭਗ ਕਿਸਾਨ ਪਿਛਲੇ ਸਮਿਆਂ ਚ ਖੁਦਕੁਸ਼ੀ ਕਰਕੇ ਤੇ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਕੋਈ ਆਪਣਾ ਪਵੇਖ ਨਜ਼ਰ ਨਹੀਂ ਆਉਂਦਾ ਉਹ ਦੇਸ਼ ਦੇ ਵਿੱਚੋਂ ਬਾਹਰ ਜਾਣ ਲਈ ਕੋਈ ਵੀ ਮੌਕਾ ਲੱਭਦੇ ਰਹਿੰਦੇ ਸੋ ਅੱਜ ਜਿਹੜੀਆਂ ਜਦੋਂ ਚੋਣਾਂ ਲੋਕ ਸਭਾ ਦੀਆਂ ਹੋਣ ਰਹੀਆਂ ਤੇ ਕਿਹੜੇ ਪੰਜ ਜਿਹੜੇ ਮੁੱਦੇ ਆ ਜਿਹੜੇ ਜਿਹੜੇ ਪੰਜ ਮਸਲੇ ਆ ਜਿਹੜੇ ਚੋਣ ਜਿਹਨੂੰ ਕਹਿੰਦੇ ਨੇ ਚੋਣ ਮੁੱਦੇ ਬਣਨੇ ਚਾਹੀਦੇ ਆ ਜਿਨ੍ਹਾਂ ਤੇ ਬਹਿਸ ਹੋਣੀ ਚਾਹੀਦੀ ਆ ਚਰਚਾ ਹੋਣੀ ਚਾਹੀਦੀ ਆ ਔਰ ਰਾਜਨੀਤਿਕ ਪਾਰਟੀਆਂ ਦੀ ਕੋਈ رائے ਉੱਪਰ ਕੇ ਸਾਹਮਣੇ ਆਉਣੀ ਚਾਹੀਦੀ ਆ ਉਹ ਜੀ ਪਹਿਲੀ ਗੱਲ ਤੇ ਆ ਕਿ ਜਿਹਨੂੰ ਪ੍ਰਧਾਨ ਮੰਤਰੀ ਬਣੀ ਹੈ ਹਾਂ ਜੀ ਉਹ ਪ੍ਰਧਾਨ ਮੰਤਰੀ ਹੋਵੇ ਹਾਂ ਜੀ ਹਾਂ ਜੀ ਬੜਾ ਇਨਾਮ ਨਾ ਹੋਵੇ ਹਮ ਆਫਟਰ ਆਲ ਬਾਜਪਾਈ ਵੀ ਕੋਲੀਸ਼ਨ ਦਾ ਪ੍ਰਧਾਨ ਮੰਤਰੀ ਸੀ ਲੇਕਿਨ ਉਹ ਇਫੈਕਟਿਵ ਸੀ ਤੁਹਾਨੂੰ ਇੱਕ ਮਿਸਾਲ ਦੇਣਾ ਕਿ ਬਾਜਪਾਈ ਦੇ ਟਾਈਮ ਵੱਡੇ ਵੱਡੇ ਮਹਾਰਾਤੀ ਵਜ਼ੀਰ ਸਨ ਉਹਦੇ ਮਹਿਕਮੇ ਬਦਲਦਾ ਸੀ ਠੀਕ ਹੈ ਜੀ ਇਹ ਸਾਡੇ ਪ੍ਰਧਾਨ ਮੰਤਰੀ ਨੇ ਇੱਕ ਮਹਿਕਮਾ ਨਹੀਂ ਬਦਲਿਆ 11 ਸਾਲ ਚ ਠੀਕ ਹੈ ਜੀ ਇਟ ਮੀਨ ਕਿ ਇਹ ਮੰਤਰੀ ਮੰਡਲ ਤਬਦੀਲੀਆਂ ਤਾਂ ਹੁੰਦੀਆਂ ਰਹੀਆਂ ਕੋਈ ਬੜੀਆਂ ਥੋੜੀ ਜੀ ਨਾਟ दैट ਜਦੋਂ ਕਿ ਲੋਕਾਂ ਦੀ ਡਿਮਾਂਡ ਸੀ ਹਾਂ ਜੀ ਮੇਰੇ ਬੜੀ ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਆਪਣਾ ਕੰਮ ਦੇਖ ਕੇ ਉਹਨੂੰ ਅਥਾਰਟੀ ਹੋਵੇ ਹਾਂ ਜੀ ਉਹਨੂੰ ਕਰੇ ਹਾਂ ਜੀ ਸੋ ਇੱਕ ਤੇ ਬੜੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਇਫੈਕਟਿਵ ਹੋਵੇ ਹਾਂ ਜੀ ਦੂਸਰਾ ਇਹ ਹੈ ਕਿ ਜਿਹੜਾ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਅਨਪਲੋਇਮੈਂਟ ਹਾਂ ਜੀ ਮੇਕੋ ਇਸ ਲਈ ਯੂਥ ਹੀ ਵੋਟਡ ਹੈ ਜਿਹੜਾ 30 ਸਾਲ ਦੀ ਉਮਰ ਤੱਕ ਕੋ 40% ਵੋਟਰ ਹੈ ਠੀਕ ਹੈ ਤੇ ਉਹਦੀ ਅਨਪਲਾਈਮੈਂਟ ਨਹੀਂ ਕਿ ਗ੍ਰੈਜੂਏਟ ਵਿਚਾਰੇ ਹੁਣ ਅੱਜ ਹੀ ਅਖਬਾਰ ਚਪੇ ਪੰਜਾਬ ਦੇ ਕਿ ਕੱਲ ਪੀਸੀਐਸ ਦਾ ਇਮਤਿਹਾਨ ਹੋਇਆ ਕਮਿਸ਼ਨ ਦਾ ਤੇ 30000 ਬੰਦਾ ਬੈਠਾ ਪੋਸਟਾਂ ਸਾਰੀਆਂ 10 ਵੀ ਨਹੀਂ ਹੋਣੀਆਂ ਹਾਂਜੀ ਸੋ ਅਨਪਲਾਈਮੈਂਟ ਇਜ਼ ਅ ਬਿਗ ਇਸ਼ੂ ਕਿ ਕਿਹੜੀ ਸਰਕਾਰ ਨਵੇਂ ਰੋਜ਼ਗਾਰ ਲਿਆ ਸਕਦੀ ਹੈ ਉਹ ਬਹੁਤ ਵੱਡਾ ਗੱਲ ਹਾਂਜੀ ਤੀਜੀ ਗੱਲ ਹੈ ਸਾਡੀ ਮਹਿੰਗਾਈ ਮੈਂ ਕਿਉਂਕਿ ਇਵਨ ਪਿਆਰ ਤੇ ਅਸੀਂ ਛੋਟੀ ਆਈਟਮਾਂ ਵੀ ਕੰਟਰੋਲ ਨਹੀਂ ਕਰ पाए ਹਾਂਜੀ ਇੱਕ ਬਹੁਤ ਵੱਡਾ ਇਸ਼ੂ ਹੈ ਲੋਕਾਂ ਦੇ ਜਾਣਾ ਚੌਥਾ ਹੈ ਸਾਡੇ ਰੁਪਏ ਦੀ ਵੈਲਿਊ ਹਾਂਜੀ ਫਾਲਿੰਗ ਰੁਪੀ ਹੈਜ਼ ਬੀਨ ਅ ਬਿਗ ਇਸ਼ੂ ਠੀਕ ਹੈ ਕਿ ਡਾਲਰ ਕਿੱਥੇ ਚੱਲਦਾ ਚੱਲਦਾ ਰੁਪਿਆ ਤੁਹਾਡਾ ਰੁਪਈਏ ਤੋਂ 80 ਨਹੀਂ ਮਿਲ ਕੇ 40 ਪੈਸੇ 50 ਪੈਸੇ ਤੱਕ ਰਹਿ ਗਿਆ ਹਾਂਜੀ ਉਹ ਸਾਡਾ ਇੱਕ ਬੜਾ ਵੱਡਾ ਸੀ ਪੰਜਵੀਂ ਸਾਡੀ ਹੈ ਕਿ ਕਮਨਲ ਹਾਰਮਨੀ ਹਾਂਜੀ ਇਸ ਦੇਸ਼ ਜੇ ਕੋਈ ਕਦੇ ਵੀ ਨੁਕਸਾਨ ਹੋਏਗਾ ਨਾ ਉਹ ਹੈ ਇੱਕ ਮਿਸਟਰਸਟ ਆਨ ਈਚ ਕਮਿਊਨਿਟੀ ਉਹ ਅਸੀਂ ਦੂਰ ਨਹੀਂ ਕਰ ਪਾ ਠੀਕ ਹੈ ਜੀ ਅਸੀਂ ਕਹਿੰਦੇ ਜਰੂਰ ਆ ਪਲੂਰਲਿਸਟਿਕ ਸੁਸਾਇਟੀ ਲੇਕਿਨ ਇਥੇ ਜਦੋਂ ਮੌਕਾ ਆਂਦਾ ਫਸਾਦ ਹੋ ਜਾਂਦਾ ਅੱਛਾ ਸਦਾਜੀ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀਆਂ ਨੀਤੀਆਂ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਜਾਂ ਕਾਰਪੋਰੇਟ ਵਿਕਾਸ ਮਾਡਲ ਜਿਹੜਾ 1991 ਚ ਅਸੀਂ ਅਪਣਾਇਆ ਉਹ ਤੋਂ ਬਾਅਦ ਜਿਹੜਾ ਗਰੀਬੀ ਤੇ ਮੀਰੀ ਦਾ ਪੜਾ ਵਧਿਆ ਔਰ ਵੱਖ-ਵੱਖ ਪਹਿਲੂਆਂ ਤੋਂ ਨੇ ਜਿਹੜੇ ਲੋਕਾਂ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਚਲ ਗਈਆਂ ਕੀ ਲੋੜ ਇਸ ਗੱਲ ਦੀ ਨਹੀਂ ਹੈਗੇ ਕਿ ਇਹ ਜਿਹੜੀਆਂ ਆਰਥਿਕ ਨੀਤੀਆਂ ਅਸੀਂ ਨਵੀਆਂ ਅਪਣਾਈਆਂ ਇਹਨਾਂ ਬਾਰੇ ਲੇਖਾ ਜੋਖਾ ਕੀਤਾ ਜਾਏ ਕੀ ਇਹ ਦੇਸ਼ ਲਈ ਫਾਇਦੇਮੰਦ ਸਾਬਤ ਹੋਈਆਂ ਜਾਂ ਫਾਇਦੇਮੰਦ ਨਹੀਂ ਸਾਬਤ ਹੋਈਆਂ ਮੈਨੂੰ ਤਾਂ ਇਦਾਂ ਵੀ ਲੱਗਦਾ ਬਹੁਤ ਸਾਰੇ ਕੌਮੀ ਪੱਤਰ ਦੇ ਪੱਤਰਕਾਰ ਵੀ ਇਹ ਲਿਖ ਰਹੇ ਆ ਕਿ ਅੱਜ ਜੇ ਕਾਂਗਰਸ ਦੀ ਪਾਣੀਓ ਪਤਲੀ ਹਾਲਤ ਹੈ ਤਾਂ ਉਹਦਾ ਵੱਡਾ ਕਾਰਨ ਇਹ ਆ ਜਿਹੜੀਆਂ ਇਹਨਾਂ ਨੇ ਕਾਰਪੋਰੇਟ ਪੱਖੀ ਨੀਤੀਆਂ ਜਿਹੜੀਆਂ اختیار ਕੀਤੀਆਂ ਕੋਡ ਕਾਰਪੋਰੇਟ ਪੱਕੀ ਹੋਣਾ ਜਾਂ ਨਾ ਹੋਣਾ ਹਾਂਜੀ ਇਹ ਇੱਕ ਬੜਾ ਡਿਬੇਟੇਬਲ ਇਸ਼ੂ ਹੈ ਹਾਂਜੀ ਕਿਉਂਕਿ ਸਾਡੇ ਸਾਹਮਣੇ ਚਾਈਨਾ ਦੀ ਮਿਸਾਲ ਹੈ ਹਾਂਜੀ ਕਿ ਜਦ ਸਭ ਤੋਂ ਵੱਡਾ ਕਮਿਊਨਿਸਟ ਕੰਟਰੀ ਹੈ ਉਸਨੇ ਵੀ ਪ੍ਰਾਈਵੇਟ ادارے ਅਮਰੀਕਾ ਤੋਂ ਬਲਾਕ ਕੇ ਉੱਤੇ ਖੜੇ ਕਰਦੇ ਔਰ ਅੱਜ ਚਾਈਨਾ ਕਾਮਯਾਬ ਹੋ ਰਿਹਾ ਹਾਂਜੀ ਸਾਡੀ ਮੁਸ਼ਕਲ ਕੀ ਹੋਈ ਕਿ ਕੋਆਪਰੇਟਿਵ ادارے ਪਹਿਲਾਂ ਹੁੰਦੇ ਸੀ ਉਹ ਖਤਮ ਕੀਤੇ ਹਾਂਜੀ ਜਿਹੜੇ ਇੰਡੀਵਿਜੂਅਲ ਓਨਰਸ਼ਿਪ ਦੀਆਂ ਵੱਡੀਆਂ ਆਈਆਂ ਹਾਂ ਉਹਦੇ ਚ ਕਮ ਸੇ ਕਮ ਕੁਝ ਸ਼ੇਅਰ ਟੂ ਦਾ ਵਰਕਰਸ ਐਸਾ ਰੱਖਣ ਦਾ ਕੋਈ ਪ੍ਰਵੀਜ਼ਨ ਨਹੀਂ ਆਇਆ ਹਾਂਜੀ ਮੇਰੇ ਮਨ ਅਗੇ ਪ੍ਰਾਈਵੇਟ ਓਨਰਸ਼ਿਪ ਦੁਨੀਆ ਪਾਰਚ ਹੈ ਹਾਂਜੀ ਇੱਥੇ ਵੀ ਆਵੇ ਲੇਕਿਨ ਇੱਕ ਸਾਡੀ ਸਮੱਸਿਆ ਇਹ ਰਹੀ ਕਿ ਜਿਹੜੀ ਪਹਿਲਾਂ ਸਾਡਾ ਕਾਰਪੋਰੇਟ ਸਰਕਾਰੀ ਅਦਾਰੇ ਸੀ ਹਾਂਜੀ ਜਿਹੜੀ ਕਿ ਨਹਿਰੂ ਪਾਲਿਸੀ ਸੀ ਅਸੀਂ ਹੌਲੀ ਹੌਲੀ ਉਹਨੂੰ ਖਤਮ ਕਰਤਾ ਮਿਲਿ ਜੁਲੀ ਆਰਥਿਕਤਾ ਦੀ ਨੀਤੀ ਅਸੀਂ ਉਹਨੂੰ ਖਤਮ ਕਰਕੇ ਐਕਸਾਈਟ ਕਰਤੀ ਕਿ ਸਾਰੀ ਗਵਰਨਮੈਂਟ ਦੀ ਜਿਹੜੀ ਹੈ ਉਹ ਡੀ ਨੈਸ਼ਨਲਾਈਜ਼ ਕਰ ਦਿਓ ਠੀਕ ਹੈ ਉਹਦੇ ਚ ਕਮ ਸੇ ਕਮ ਜਿਹੜੀ ਇਹ ਕਾਟ ਰਹੀ ਹਾਂਜੀ ਕਿ ਵਰਕਰਸ ਪਾਰਟਿਸਪੇਸ਼ਨ ਇਨ ਵਰਕਸ਼ਾਪ ਹਾਂਜੀ ਹਾਂਜੀ ਉਹ ਲਾਵੀ ਮਸਲਾ ਕੜਾ ਉੱਥੇ ਹਾਂਜੀ ਇਹਦਾ ਸਾਡੇ ਜਿਹੜੇ ਇਕਨੋਮਿਸਟ ਸੋਚਣ ਕਿ ਜਿਹੜੀ ਲੋਕਾਂ ਚ ਜਿਹੜੀ ਸੈਟੀਸਫੈਕਸ਼ਨ ਕਿਵੇਂ ਆਏਗੀ ਹਾਂਜੀ ਵੀ ਹੁਣ ਅਸੀਂ ਕਰਨੇ ਜੀ ਕਿ ਕਿਵਾਰਾਏ ਤੇ 2 2 ਲੱਖ ਕਰੋੜ ਦਾ 10000 ਕਰੋੜ ਦਾ 50000 ਕਰੋੜ ਦਾ ਇਹ ਜੀ ਗਿਣਤੀ ਦੇ ਕਿੰਨੇ ਹਾਂਜੀ ਉਹਨਾਂ ਚ EMPLOYES ਨੂੰ ਜਾਂ WORKER ਨੂੰ ਜਾਂ ਆਮ ਲੋਕ ਨੂੰ ਕੀ ਹਿੱਸਾ ਠੀਕ ਹੈ ਜੀ ਉਹ ਇੱਕ ਮਸਲਾ ਕਰ ਹੋ ਜਾਏ ਹਾਂਜੀ ਤਾਂ ਮੈਸਮਾ ਨਾ ਕਿ ਇਹ ਚਤਾਰ ਹੋ ਸਕਦਾ ਠੀਕ ਹੈ ਜੀ ਸਤ ਜੀ ਐਸ ਵੇਲੇ ਜਿਹੜੀ ਦੇਸ਼ ਦੇ ਅੰਦਰ ਜੋ ਰਾਜਨੀਤਿਕ ਸਥਿਤੀ ਚੱਲ ਰਹੀ ਹੈ ਇਹ ਐਸ ਵੇਲੇ ਦੋ ਗੱਠ ਜੋੜ ਹੈ ਜਿਹੜੇ ਉਹ ਆਮੋ ਸਾਹਮਣੇ ਐ ਸਤਾ ਹਾਸਲ ਕਰਨ ਲਈ ਇੱਕ ਕਾਂਗਰਸੀ ਗਵਾਈ ਵਾਲਾ ਸੰਜਾ ਪ੍ਰਗਤੀਸ਼ੀਲ ਗੱਠ ਜੋੜ ਇੱਕ ਭਜਪਾ ਦੀ ਗਵਾਈ ਵਾਲਾ ਲੋਕਤੰਤਰਿਕ ਗੱਠ ਜੋੜ ਤੇ ਬਾਕੀ ਤੀਜਾ ਫਰੰਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਕਿ ਹਜੇ ਤੱਕ ਕਾਮਯਾਬ ਨਹੀਂ ਹੋਈ ਫਿਰ ਵੀ ਬਹੁਤ ਸਾਰੇ ਰਾਜਾਂ ਚ ਖੇਤਰੀ ਪਾਰਟੀਆਂ ਕਾਫੀ ਪ੍ਰਭਾਵਸ਼ਾਲੀ ਆ ਉਹ ਵੀ ਜਿਹੜੀਆਂ ਉਹ ਕਾਫੀ ਸੀਟਾਂ ਲਿਜਾਉਣਗੀਆਂ ਇਹ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਹੈ ਕਿਹੜਾ ਗਠਜੋੜ ਸਰਕਾਰ ਬਣਾਉਣ 'ਚ ਸਫਲ ਹੋਇਆ ਹੈ ਦੇਖੋ ਜੋ ਸੋ ਫਾਰ ਜੋ ਐਨਲਿਸਿਸ ਲੋਕ ਕਰ ਰਹੇ ਹਨ ਹਾਂਜੀ ਆਫਟਰ ਆਲ ਓਪੀਨੀਅਨ ਪੋਲ ਕਰ ਲਓ ਅਖਬਾਰਾਂ ਦੀਆਂ ਖਬਰਾਂ ਪੜ੍ਹ ਲਓ ਲੋਕਾਂ ਦਾ ਥਿਊ ਕਰੋ ਉਸ ਤਾਕਤ ਮੋਦੀ ਐਜ਼ ਇੰਡੀਵਿਜੂਅਲ ਹਾਂਜੀ ਲੋਕਾਂ 'ਚ ਪਪੂਦ ਰੋਇਆ ਹੈ ਠੀਕ ਹੈ ਉਹਦੇ ਨਾਲ ਹੀ ਬੀਜੇਪੀ ਪਪੂਦ ਰੋਇਆ ਹੈ ਲੇਕਿਨ ਐਡਵਾਂਟੇਜ ਮੋਦੀ ਦਾ ਆਇਆ ਉਹ ਕਿਉਂ ਆਇਆ ਹਾਂਜੀ ਮੈਂ ਸਮਝਦਾ ਕਿ ਮੋਦੀ ਇੱਕ ਤਾਂ ਗੁਜਰਾਤ ਦਾ ਮੁੱਖ ਮੰਤਰੀ ਕਾਮਯਾਬ ਹੋਇਆ ਹਾਂਜੀ ਉਹਦੀ ਸਭ ਤੋਂ ਵੱਡੀ ਗੱਲ ਸੀ ਕਿ ਉਹ ਕ腐ਸ਼ਨ ਨਹੀਂ ਆਈ ਹਾਂਜੀ ਦੂਸਰਾ ਉਤੇ ਸੀ ਕਿ ਜਿਹੜੀ ਲੋਕਾਂ ਦਾ ਇੰਡਸਟਰੀਅਲ ਯੂਨਿਟ ਇੰਨੇ ਆ ਗਏ ਉਹ ਵਧਿਆ ਹਾਂਜੀ ਲੇਕਿਨ ਮੈਂ ਉਹਨੂੰ ਜਿਹੜਾ ਐਡਵਾਂਟੇਜ ਦੇਣਾ ਕੋਈ ਪਹਿਲੀ ਸਪੀਚ ਆ ਕੇ ਦਿੱਲੀ ਯੂਨੀਵਰਸਿਟੀ ਕੀਤੀ ਹਾਂਜੀ ਜਿਹੜਾ ਮੋਦੀ ਦਾ ਮੈਸੇਜ ਨਾ ਜੰਪ ਆਇਆ ਹਾਂਜੀ ਉਹ ਆਇਆ ਉਹਦੇ ਯੂਥ ਨਾਲ ਇੰਟਰੈਕਸ਼ਨ ਹਾਂਜੀ ਦਿੱਲੀ ਯੂਨੀਵਰਸਿਟੀ ਜਿਹੜੀ ਕਿ ਕਦੇ ਜਿੱਥੇ ਬੀਜੇਪੀ ਨਹੀਂ ਜਿੱਤੀ ਹਾਂਜੀ ਉੱਥੇ ਉਸਨੇ ਆ ਕੇ ਪਹਿਲੀ ਮੀਟਿੰਗ કરી ਦਿੱਲੀ ਯੂਨੀਵਰਸਿਟੀ ਹਾਂਜੀ ਉਸ ਤੋਂ ਬਾਅਦ 3 ਦਿਨ ਬਾਅਦ ਇੱਕ opinion poll ਕੀਤਾ ਯੂਨੀਵਰਸਿਟੀ ਨਾਲ ਨੇ ਆਪ 80% ਸਟੂਡੈਂਟ ਕਹਿੰਦੇ ਹੀ ਵਿਲ ਸੋਲਵ आवर ਪ੍ਰੋਬਲਮ ਹਾਂਜੀ ਉਹਦਾ ਜਿਹੜਾ ਇੰਟਰੈਕਸ਼ਨ ਵਿਦ ਯੂਥ ਹੈ ਹਾਂਜੀ ਆਈ ਥਿੰਕ ਥੈਟ ਹੈਜ਼ ਗਿਵਨ ਹਿਮ ਐਡਵਾਂਟੇਜ ਅਨਐਮਪਲੋਇਮੈਂਟ ਬਹੁਤ ਹੈ ਯੂਥ ਸਮਝਦਾ ਹੈ ਕਿ ਸਟੇਬਲ ਗਵਰਨਮੈਂਟ ਲਿਆਏਗਾ ਔਰ ਇਹ ਆ ਕੇ ਸਾਡੇ ਲਈ ਫਿਊਚਰ ਸੇਫਟੀ ਦੇਏਗਾ ਕਿ ਸਾਡੇ ਜੌਬਸ ਦੀ ਹਾਂਜੀ ਸੋ ਇਹ ਇੱਕ ਐਡਵਾਂਟੇਜ ਮੋਦੀ ਨੂੰ ਜਾ ਰਿਹਾ ਕਿ ਲੋਕਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਵੀਕ ਗਵਰਨਮੈਂਟ ਹੋ ਗਈ ਸੀ ਹਾਂਜੀ ਕ腐ਪਸ਼ਨ ਛੱਡ ਦਿਓ ਲੇਕਿਨ ਇਹ ਗਵਰਨਮੈਂਟ ਜਿਹੜੀ ਡਾਵਾਂ ਡੋਲ ਜੀ ਰੰਗਣ ਲੱਗੀ ਉਹਦੇ ਚ ਲੋਕਾਂ ਨੂੰ ਆਲਟਰਨੇਟਿਵ ਚਾਹੀਦਾ ਹੈ ਇਸ ਸਟਰੋਂਗ ਹਾਂਜੀ ਉਹ ਮੋਦੀ ਫੇਲਨ ਕਰਦਾ ਪਰ ਉਹਦੀ ਕਿਉਂਕਿ ਵਿਦ ਇੰਟਰਨਲ ਬੜੀ ਪ੍ਰੋਬਲਮ ਹੈ ਬੀਜੇਪੀ ਦੀ ਥੋੜੀ ਬਹੁਤ ਜਿਹੜੀ ਆਪਸ ਵਿੱਚ ਕੋ ਹੈ ਉਹ ਅਗਰ ਉਹ ਠੀਕ ਹੋਵੇ ਤਾਂ ਦੈਟ ਫਰੰਟ ਕੈਨ ਗੈਟ ਮੈਜੋਰਿਟੀ ਨਾਟ ਐਬਸੋਲਿਊਟ ਬਟ 윌 ਬੀ ਡਿਪੈਂਡੈਂਟ ਔਨ ਸਮ ਰੀਜਨਲ ਗਰੁੱਪ ਜਿਹੜੇ ਉਹਦੀ 272 ਪੂਰੇ ਕਰ ਸਦਾਜੀ ਲੋਕਾਂ ਦੇ ਮਨਾਂ ਚ ਜਿਹੜੀਆਂ ਕਈ ਤਰ੍ਹਾਂ ਦੇ ਸ਼ੰਕੇ ਆ ਨਰਿੰਦਰ ਮੋਦੀ ਬਾਰੇ ਕੀ ਉਹ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਸਫਲ ਹੋਣਗੇ ਕਿਉਂਕਿ ਭਾਰਤ ਦੇਸ਼ ਹੈ ਜਿਹੜਾ ਉਹ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੱਭਿਆਚਾਰਾਂ ਦੇ ਤੌਰ ਤੇ ਬੜਾ ਭੁਪਿੰਤਾ ਵਾਲਾ ਦੇਸ਼ ਹੈ ਔਰ ਗੁਜਰਾਤ ਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਉਹਦੇ ਚ ਵੀ ਭਾਜਪਾ ਨੇ ਜਿਹੜਾ ਉੱਥੇ ਕਿਸੇ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਔਰ ਹੁਣ ਉੱਤਰ ਪ੍ਰਦੇਸ਼ ਜਿਹੜਾ ਦੇਸ਼ ਦਾ ਵੱਡਾ ਸੂਬਾ ਆ ਜਿੱਥੇ 80 ਲੋਕ ਸਭਾ ਦੀਆਂ ਸੀਟਾਂ ਆ ਉੱਥੇ ਵੀ ਕੋਈ ਨਾ ਮਤਰੀ ਇਹਨਾਂ ਨੇ ਸੀਟਾਂ ਦਿੱਤੀਆਂ ਮੈਂ ਤਾਂ ਇੱਕ ਥਾਂ ਤੇ ਪੜ੍ਹਿਆ ਸੀ ਜੇ ਕੁਝ ਦਿਨ ਪਹਿਲਾਂ ਕਿ ਅਜੇ ਤੱਕ ਕਿਸੇ ਮੁਸਲਮਾਨ ਨੂੰ ਸੀਟ ਉੱਥੇ ਦਿੱਤੀ ਨਹੀਂ ਲੋਕ ਸਭਾ ਲਈ ਉਮੀਦਵਾਰੀ ਨਹੀਂ ਬਣਾਇਆ ਕੀ ਹੈ ਜਿਹੀ ਭਾਜਪਾ ਦੀ ਇਹ ਨੀਤੀ ਜਾ ਭਾਜਪਾ ਦੀ ਇਸ ਵੇਲੇ ਅਗਵਾਈ ਕਰ ਰਿਹਾ ਦੁਜਾ ਨਰਿੰਦਰ ਮੋਦੀ ਇਸ ਤਰ੍ਹਾਂ ਸਾਰੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਚੱਲ ਸਕੇਗਾ ਕਿ ਉਹ ਕੱਲ ਪ੍ਰਧਾਨ ਮੰਤਰੀ ਬਣਦੇ ਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਹੋ ਸਕੇਗਾ ਇਹ ਜਿਹੜੇ ਇਹ ਵਿਭਿੰਨਤਾ ਵਾਲੇ ਦੇਸ਼ ਚ ਕੀ ਕਿਸੇ ਘਟਗਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਨੀ ਮਹਿਸੂਸ ਕਰਨਗੀਆਂ ਦੇਖੋ ਜੋ ਅੱਜ ਦੀ ਹਾਲਾਤ ਹੈ ਜੀ ਉਹ ਮੋਦੀ ਜਿੱਤ ਸਕਦਾ ਹੈ ਬਾਵਜੂਦ ਇਹਦੇ ਜਿਹੜੇ ਇਲਜ਼ਾਮ ਉਸਤੇ ਲੱਗਦੇ ਹਨ ਜੀ ਲੇਕਿਨ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਹਾਂਜੀ ਮਿਨੋਰਟੀ ਦੀ ਐਸਪੀਰੇਸ਼ਨ ਨੂੰ ਨਾਲ ਲੈ ਬਿਨਾ ਕਾਮਯਾਬ ਨਹੀਂ ਹੋ ਸਕਦਾ ਹਾਂਜੀ ਹਾਂਜੀ ਜਿੱਤਣ ਤੋਂ ਬਾਅਦ ਮੋਦੀ ਨੂੰ ਜ਼ਿਆਦਾ ਲੋਡ ਪੈਗੀ ਹਾਂਜੀ ਟੂ ਕ੍ਰੀਏਟ ਕੰਫੀਡੈਂਸ ਅਮੰਗ ਮਿਨੋਰਟੀਜ਼ ਠੀਕ ਹੈ ਇੱਕ ਬੜੀ ਮੈਂ ਬੜਾ ਸਟਰੀ ਕਲੀਅਰ ਹਾਂ ਹਾਂਜੀ ਬਾਕੀ ਜਿਹੜੀ ਤੁਸੀਂ ਕਹਿੰਦੇ ਹੋ ਮੁਸਲਮਾਨ ਕੈਂਡੀਡੇਟ ਹਾਂਜੀ ਇਹ ਇੱਕ ਮੈਂ ਬੜਾ ਪਿਛੇ ਮੁਸਲਮ ਜਰਨਲਿਸਟਾਂ ਦੀ ਇੱਕ ਮੀਟਿੰਗ ਸੀ ਮੈਂ ਬੋਲਿਆ ਹਾਂਜੀ ਮੈਂ ਕਿਹਾ ਥੋੜਾ ਜਿਹਾ ਮੁਸਲਮਾਨਾਂ ਨੂੰ ਸਿੱਖਾਂ ਵੱਲ ਵੇਖਣਾ ਚਾਹੀਦਾ ਹਾਂਜੀ ਵੀ ਸਿੱਖ ਅਸੀਅਬਾਦੀ ਪੌਣੇ 2% ਹਾਂਜੀ ਅਸੀਂ ਸਭ ਤੋਂ ਬਾਅਦ ਐਮਪੀ ਇਲੈਕਟ ਕਰਦੇ ਆ ਪ੍ਰੋਪੋਰਸ਼ਨੇਟ ਹਾਂਜੀ ਮੁਸਲਮਾਨ ਜਿਹੜੇ 17% ਹਾਂਜੀ ਉਹਨਾਂ ਦੇ ਮੁਸਲਮਾਨ ਪੰਜਾਬੀ ਨਹੀਂ ਹੁੰਦੇ ਅਸੀਂ 21 22 ਹੋ ਜਣੇ ਕਿਉਂਕਿ ਮੁਸਲਮਾਨ ਜਿਹੜਾ ਖੁਦ ਹੈ ਹਾਂਜੀ ਉਹ ਇੱਕ ਨੈਗੇਟਿਵ ਵੋਟ ਪਾਣੇ ਚਲਾ ਜਾਂਦਾ ਕਿਸੇ ਵੱਡੀ ਪਾਰਟੀ ਨਾਲ ਜੁੜ ਜਾਂਦਾ ਸਿੱਖ ਵੇ ਕੋ ਹਰ ਪਾਰਟੀ ਚੱਕ ਕੇ ਆ ਗਿਆ ਹਾਂਜੀ ਹੁਣ ਦੇਖੋ ਨਾ ਕੋਈ ਐਸੀ ਪਾਰਟੀ ਨਹੀਂ ਜਿੱਥੇ ਸਿੱਖ ਉਹਦੇ ਚ ਨਹੀਂ ਬੈਠਾ ਮੁਸਲਮਾਨ ਨਹੀਂ ਜਾਂਦਾ ਹਾਂਜੀ ਸੋ ਜੇ ਅਗਰ ਮੁਸਲਮਾਨ ਬਲੋਕ ਵੋਟ ਕਰਦੇ ਆ ਕਿਸੇ ਇੱਕ ਪਾਰਟੀ ਨੂੰ ਮੁਸਲਮਾਨ 네ਗੇਟਿਵ ਟੂ ਨਿਕਲ ਕੇ ਹਾਂਜੀ ਅਗਰ ਖੁਦ ਸੋਚੇ ਤਾਂ ਮੇਰੇ ਖਿਆਲ ਚ ਉਹ ਭਾਜਪਾ ਵੀ ਜਾ ਸਕਦਾ ਠੀਕ ਹੈ ਉਹ ਮੁਸਲਮ ਖੁਦ ਬਾਈਕਾਟ ਕਰਦਾ ਤੇ ਜੇ ਕੋ ਹਣਾ ਚਾਹੁੰਦਾ ਉਹ ਡਰ ਜਾਂਦਾ ਉਹਨਾਂ ਤੋਂ ਠੀਕ ਹੈ ਸੋ ਇਹ ਅਗਰ ਥੋੜਾ ਜਿਹਾ ਤੁਸੀਂ ਸੋਚੋ ਤੁਹੇ ਹਾਰ ਹੋ ਗਏ ਇਹ ਜਿਹੜੀ ਹੁਣ ਪਿਛੇ ਅਸੈਂਬਲੀ ਸੀਟ ਚ ਚੋਣਾਂ ਹੋਈਆਂ ਹਾਂਜੀ ਉਹਦੇ ਚ ਸਿੱਖ ਆਏ 12 ਹਾਂਜੀ ਤੇ ਮੁਸਲਮਾਨ ਆਏ 6 ਹਾਂਜੀ ਔਰ 80 ਠੀਕ ਹੈ ਅਸੀਂ ਰਾਜਸਥਾਨ ਵੀ ਇਲੈਕਟ ਹੋ ਗਏ ਅਸੀਂ 2 ਐਮਐਲਏ ਮਧਿਆਪਰਦੇਸ਼ ਵੀ ਇਲੈਕਟ ਹੋ ਗਏ ਅਸੀਂ 6-7 ਦਿੱਲੀ ਚ ਇਲੈਕਟ ਹੋ ਗਏ ਅਸੀਂ ਛਤੀਸਗੜ੍ਹ ਹੋ ਗਏ ਔਰ ਇਹ ਕਿਧਰ ਵੀ ਨਹੀਂ ਹੋਏ ਇਹ ਸਿਰਫ ਦੋ ਮੁਸਲਮਾਨ ਆਏ ਆ ਉੱਥੇ ਉਹ ਵੀ ਭਾਜਪਾ ਟਿਕਟ ਦੇ ਰਾਜਸਥਾਨ ਔਰ ਦਿੱਲੀ ਚ ਆ ਗਏ 4 ਠੀਕ ਹੈ ਜੀ ਮਧਿਆਪਰਦੇਸ਼ ਚ ਇੱਕ ਮੁਸਲਮਾਨ ਇਲੈਕਟ ਹੋਇਆ ਸੋ ਮੁਸਲਮਾਨ ਦੀ ਥੋੜੀ ਜਿਹੀ ਆਪਣੀ ਭਾਵਨਾ ਦੀ ਲੋੜ ਹੈ ਕਿ ਉਹ ਡੈਮੋਕਰੇਸੀ ਬਿਲੀਵ ਕਰਕੇ ਹਰ ਪਾਰਟੀ ਵਿੱਚ ਜਾਵੇ ਠੀਕ ਹੈ ਜੀ ਤੇ ਉਹਦੇ ਨਾਲ ਆਉਣ ਨਾਲ ਜਿਹੜਾ ਇਹ ਤੁਹਾਡਾ ਪਹਿਲਾ ਸ਼ੱਕ ਹੈ ਉਹ ਦੂਰ ਹੀ ਤਾਂ ਹੋਏਗਾ ਕਿ ਮੁਸਲਮਾਨ ਹਰ ਪਾਰਟੀ ਚ ਠੀਕ ਹੈ ਜੀ ਸਦਾ ਤੁਲੋਜਨ ਸਿੰਘ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੁਹਾਡੇ ਨਾਲ ਦੇਸ਼ ਦੀ ਰਾਜਨੀਤੀ ਬਾਰੇ ਅਸੀਂ ਬੜੀਆਂ ਅਹਿਮ ਗੱਲਾਂ ਕੀਤੀਆਂ ਔਰ ਤੁਸੀਂ ਬੜੀ ਖੁੱਲ੍ਹੇ ਦਿਲ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਆ ਤੁਹਾਡੇ ਨਾਲ ਗੱਲਬਾਤ ਕਰਨ ਲਈ ਦਿਲ ਤਾਂ ਕਰਦਾ ਸੀ ਹੋਰ ਸਮਾਂ ਗੱਲਬਾਤ ਕਰੀਏ ਪਰ ਸਮਾਂ ਜਾਇਜ਼ਤ ਨਹੀਂ ਦਿੰਦਾ ਫਿਰ ਕਿਤੇ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਬਾਤ ਦਾ سلسلہ ਅੱਗੇ ਤੋਰਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਜੀ ਮੌਕਾ ਦਿੱਤਾ ਤੁਸੀਂ ਇਹ ਚੈਨਲ ਤੁਹਾਡੀ ਹੋਰ ਵਧੇ ਤੇ ਲੋਕਾਂ ਦੀ ਸਰਵਸ ਪੂਰੀ ਕਰੋ ਇਹ ਹੀ ਮੇਰੀ ਦੁਆ ਹੈ ਬਹੁਤ ਮਿਹਰਬਾਨੀ ਹੈ ਥੈਂਕ ਯੂ